ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਨਾਲ ਬੈਠਕ ਦੇ ਮਗਰੋਂ ਐਕਸ਼ਨ ਦੇ ਵਿੱਚ ਸਿੱਖਿਆ ਵਿਭਾਗ ਸਕੂਲ ਮੁਖੀਆਂ ਨੂੰ ਜਾਰੀ ਕੀਤਾ ਪੱਤਰ ਸਕੂਲ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਨੇ ਇਨ੍ਹਾਂ ਹੀ ਯਤਨਾਂ ਦੇ ਤਹਿਤ 10 ਮਈ ਨੂੰ ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਸਕੂਲ ਮੁਖੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਗਈ ਇਸ ਦੌਰਾਨ ਮੁੱਖ ਮੰਤਰੀ ਵੱਲੋਂ ਸਿੱਖਿਆ ਸੁਧਾਰਾਂ ਸੰਬੰਧੀ ਵਿਚਾਰ ਪ੍ਰਾਪਤ ਕਰਨ ਦੇ ਲਈ ਆਨਲਾਈਨ ਪੋਰਟਲ ਲਾਂਚ ਕੀਤਾ ਗਿਆ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਬਾਰੇ ਇਹ ਸਾਰੇ ਬੀਪੀਓਜ਼ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲ ਮੁਖੀ ਇਸ ਪੋਰਟਲ ਰਾਹੀਂ ਆਪਣੇ ਸੁਝਾਅ ਦਰਜ ਕਰਵਾਉਣ। ਦਾੜੀ ਮੁੱਛਾਂ ਤੇ ਟਿੱਪਣੀ ਮਗਰੋਂ ਭਾਰਤੀ ਸਿੰਘ ਨੇ ਮੰਗੀ ਮਾਫੀ ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ ਕਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਕਿਰੀ ਹੋਈ ਆ ਭਾਰਤੀ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਵਿੱਚ ਉਹ ਦਾੜੀ ਮੁੱਛਾਂ ਨੂੰ ਲੈ ਕੇ ਟਿੱਪਣੀ ਕਰ ਰਿਹਾ ਉਸ ਵੀਡੀਓ ਦੇ ਨਾਲ ਲੋਕ ਬੇਹੱਦ ਗੁੱਸੇ ਹਨ ਤੇ ਭਾਰਤੀ ਸਿੰਘ ਨੂੰ ਬੁਰਾ ਪਲਾਬ ਬੋਲ ਰਹੇ ਨੇ। ਭਾਰਤੀ ਸਿੰਘ ਦੀ ਇਸ ਟਿੱਪਣੀ ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਆਪਣੇ ਲਾਈਵ ਸ਼ੋਅ ਦੌਰਾਨ ਦਿੰਦਿਆ ਕਿ ਇਸ ਦੇ ਨਾਲ ਹੀ ਬੱਬੂ ਮਾਨ ਨੇ ਕਪਲ ਸ਼ਰਮਾ ਤੇ ਉਹਨਾਂ ਦੀ ਟੀਮ ਤੋਂ ਇਸ ਤੇ ਜਵਾਬ ਮੰਗਿਆ ਪਰ ਹੁਣ ਭਾਰਤੀ ਸਿੰਘ ਨੇ ਇਸ ਵਿਵਾਦ ਉੱਤੇ ਖੁਦ ਇੱਕ ਵੀਡੀਓ ਸਾਂਝੀ ਕੀਤੀ ਹੈ ਮਾਫੀ ਮੰਗ ਲਈ ਹੈ ਉਸਨੇ ਕਿਹਾ ਕਿ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮੈਨੂੰ ਵੀ ਭੇਜੀ ਗਈ ਹੈ ਜਿਸ ਵਿੱਚ ਤੁਸੀਂ ਦਾੜੀ ਮੁੱਛਾਂ ਦੇ ਬਾਰੇ ਮਜ਼ਾਕ ਉਡਾਇਆ ਹੈ ਉਹ ਵੀਡੀਓ ਵਾਰ-ਵਾਰ ਵੇਖ ਰਹੀ ਆ ਪਿਛਲੇ ਦੋ ਦਿਨਾਂ ਤੋਂ ਮੈਂ ਬੇਨਤੀ ਕਰਾਂਗੀ ਕਿ ਤੁਸੀਂ ਉਹ ਵੀਡੀਓ ਦੇਖੋ ਮੈਂ ਕਿਤੇ ਵੀ ਧਰਮ ਜਾਂ ਜਾਤ ਬਾਰੇ ਨਹੀਂ ਬੋਲਿਆ ਇਸ ਧਰਮ ਦੇ ਲੋਕ ਦਾੜੀ ਰੱਖਦੇ ਹਨ ਤੇ ਇਹ ਮੁਸ਼ਕਲ ਹੁੰਦੀ ਆ ਮੈਂ ਨਾ ਹੀ ਕਿਸੇ ਪੰਜਾਬੀ ਬਾਰੇ ਬੋਲਿਆ ਦਾੜੀ ਮੋਛਾਂ ਨਾਲ ਕੀ ਮੁਸ਼ਕਲ ਹੁੰਦੀ ਮੈਂ ਆਪਣੀ ਸਹੇਲੀ ਨਾਲ ਕਮੇਡੀ ਕਰ ਰਹੀ ਸੀ ਉਸ ਨੇ ਕਿਹਾ ਕਿ ਦਾੜੀ ਮੋਛਾਂ ਦਾ ਅੱਜ ਕੱਲ ਹਰ ਕੋਈ ਰੱਖਦਾ ਪਰ ਜੇਕਰ ਮੇਰੇ ਸ਼ਬਦਾਂ ਦੇ ਨਾਲ ਕਿਸੇ ਦੀ ਜਾਤ ਧਰਮ ਦੇ ਲੋਕ ਨਾਰਾਜ਼ ਹਨ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਐਸਆਈ ਰਕੂਰਟਮੈਂਟ ਸਕੈਮ ਉਮੀਦਵਾਰਾਂ ਨੇ ਪੀਐਮ ਮੋਦੀ ਨੂੰ ਖੂਨ ਦੇ ਨਾਲ ਲਿਖੀ ਚਿੱਠੀ ਨਿਆ ਨਾਮ ਮਿਲਨ ਤੇ ਅੱਤਵਾਦੀ ਸਮੂਹ ਚ ਸ਼ਾਮਲ ਹੋਣ ਦੇ ਦਿੱਤੀ ਧਮਕੀ 545 ਪੁਲਿਸ ਸਬ ਇੰਸਪੈਕਟਰਾਂ ਲਈ ਭਾਰਤੀ ਲਈ ਪ੍ਰੀਖਿਆ ਵਿੱਚ ਕਾਥਿਤ ਬੇਨਿਜ਼ਮੀਆਂ ਦੀ ਚੱਲ ਰਹੀ ਜਾਂਚ ਦੇ ਦੌਰਾਨ ਉਮੀਦਵਾਰਾਂ ਦੇ ਇੱਕ ਹਿੱਸੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਖੂਨ ਦੇ ਨਾਲ ਦੋ ਪੰਨਿਆਂ ਦਾ ਪੱਤਰ ਲਿਖਿਆ ਤੇ ਉਹਨਾਂ ਨੂੰ ਇਨਸਾਫ ਯਕੀਨੀ ਬਣਾਉਣ ਲਈ ਗਿਆ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਚਿੱਠੀ ਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਦੀ ਵੀ ਮੰਗ ਕੀਤੀ ਹੈ ਆਪਣੇ ਪੱਤਰ ਵਿੱਚ ਉਮੀਦਵਾਰਾਂ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਅੱਤਵਾਦ ਵਿੱਚ ਸ਼ਾਮਲ ਹੋਣ ਦੀ ਧਮਕੀ ਦਿੱਤੀ ਹੈ। ਪੰਜਾਬ ਗਵਰਨਮੈਂਟ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਲੜੀਵਾਰ ਨਿਰਦੇਸ਼ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕਰਨ ਦੇ ਲਈ ਆਪਣੀ ਸਰਕਾਰ ਦੇ ਪਹਿਲੇ ਨਵੇਕਲੇ ਪ੍ਰੋਗਰਾਮ ਲੋਕ ਮਿਲਣੀ ਦਾ ਗਾਜ ਕੀਤਾ ਦੋਸਤੋ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੀਆਂ ਮਿਲਣੀਆਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੀ ਆ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ yes ਜਾਂ no ਲਿਖ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਨਾ ਭੁੱਲਿਓ ਪੰਜਾਬ ਭਵਨ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰੀ ਸਰਕਾਰ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ ਇਹ ਤਾਂ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਲੋਕ ਉਹਨਾਂ ਨੂੰ ਲੰਬੇ ਸਮੇਂ ਤੋਂ ਲਟਕਦੇ ਪ੍ਰਸ਼ਾਸਨਿਕ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਸਹੂਲਤਾਂ ਮੁਹੱਈਆ ਕਰਵਾ ਸਕੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਫੌਰੀ ਨੇ ਪਟਾਉਣ ਨੂੰ ਯਕੀਨੀ ਬਣਾਉਣਾ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਉੱਚ ਅਧਿਕਾਰੀ ਇਸ ਲੋਕ ਮਿਲਣੀ ਦੌਰਾਨ ਉਹਨਾਂ ਦੇ ਨਾਲ ਹਨ ਐਸਬੀਆਈ ਦੇ ਕਰੋੜਾ ਗਾਕਾ ਨੂੰ ਲੱਗਾ ਵੱਡਾ ਚੜਕਾ ਤੁਸੀਂ ਵੀ ਲਿਆ ਲੋਨ ਤਾਂ ਫੇਰ ਵਧ ਗਈ ਤੁਹਾਡੀ ਐਮਆਈ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਗਾਕਾਂ ਨੂੰ ਵੱਡਾ ਚੜਕਾ ਦਿੱਤਾ ਜੇਕਰ ਤੁਸੀਂ ਵੀ ਲੋਨ ਲਿਆ ਜਾਂ ਲੋਨ ਲੈਣ ਬਾਰੇ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ EMI ਹੋਰ ਵੀ ਮਹਿੰਗੀ ਹੋ ਜਾਵੇਗੀ ਬੈਂਕ ਨੇ ਇੱਕ ਵਾਰ ਫਿਰ MCLR ਵਿੱਚ ਵਾਅਦਾ ਕੀਤਾ ਹੈ ਬੈਂਕ ਨੇ ਕਿਹਾ ਕਿ ਨਵੀਆਂ ਦਰਾਂ 15 ਮਈ ਯਾਨੀ ਕਿ ਐਤਵਾਰ ਤੋਂ ਲਾਗੂ ਹੋ ਗਈਆਂ ਹਨ 10 ਬੇਸਿਸ ਪੁਆਇੰਟ ਦਾ ਵਾਅਦਾ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਦੂਜੀ ਵਾਰ MCLR ਦੇ ਵਿੱਚ ਵਾਅਦਾ ਕੀਤਾ ਗਿਆ 10 ਬੇਸਿਸ ਪੁਆਇੰਟ ਦਾ ਯਾਨੀ ਕਿ 0.10 ਫੀਸਦੀ ਦਾ ਵਾਅਦਾ ਕੀਤਾ ਗਿਆ ਹੈ CIA ਸਟਾਫ ਫਰੂਜ਼ਪੁਰ ਨੇ ਦੋ ਵਿਅਕਤੀਆਂ ਨੂੰ ਹਰੋਇਨਾ ਤੇ ਪਿਸਤਲਸ ਨਾਲ ਕੀਤਾ ਕਾਬੂ CIA ਸਟਾਫ ਫਰੂਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਜਗਜਪਾਲ ਸਿੰਘ ਦੀ ਅਗਵਾਈ ਹੇਠਾਂ ਦੋ ਵਿਅਕਤੀਆਂ ਨੂੰ ਹਰੋਇਨ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਡੀਐਸਪੀ ਇਨਵੈਸਟੀਗੇਸ਼ਨ ਜਗਦੀਸ਼ ਕੁਮਾਰ ਤੇ CIA ਸਟਾਫ ਇਨਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਐਸਐਸਪੀ ਫਰੂਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਬ ਇੰਸਪੈਕਟਰ ਜੱਜਪਾਲ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਸ਼ਹੀਦ ਉਦਮ ਸਿੰਘ ਚੌਂਕ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਇਤਲਾਹ ਮਿਲੀ ਕਿ ਯਕੂਬ ਉਰਫ ਜੈਕੀ ਵਾਸੀ ਬਸਤੀ ਪਟੀਆਂ ਵਾਲੀ ਬੰਟੀ ਵਾਸੀ ਆਵਾ ਫਰੂਜ਼ਪੁਰ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨਾਲ ਮਿਲ ਕੇ ਬਾਰੋਂ ਤਬਾਕੂ ਅਤੇ ਨਸ਼ੀਲੇ ਪਦਾਰਥ ਜੇਲ੍ਹ ਵਿੱਚ ਸੁੱਟ ਦਿੰਦੇ ਨੇ ਅੱਜ ਵੀ ਬਿਨਾ ਸਪਲੈਂਡਰ ਮੋਟਰਸਾ ਨੰਬਰੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਕੇਂਦਰੀ ਜੇਲ੍ਹ ਵੱਲ ਜਾ ਰਹੇ ਹਨ ਉਹਨਾਂ ਨੇ ਪੁਲਿਸ ਤੇ ਨਾਮਜਦਵਤ ਵਿਅਕਤੀਆਂ ਨੂੰ ਕਾਬੂ ਕਰ ਲਿਆ 10 ਗ੍ਰਾਮ ਰੋਹਨ ਚਾਲੀ ਤਬਾਕੂ ਦੀਆਂ ਪੁੜੀਆਂ ਪੰਜ ਬੀੜੀਆਂ ਦੇ ਬੰਡਲ ਇੱਕ ਪਿਸਤੌਲ ਤੇ ਦੋ ਜੰਦਾ ਕਾਰਤੂਸ ਬਰਾਮਦ ਹੋਏ ਹਨ। ਦੇਸ਼ ਦੀਆਂ ਵੱਖ-ਵੱਖ ਜ਼ਿਲਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੀ ਕਮੇਟੀ ਕਾਇਮ ਸੁਖਬੀਰ ਬਾਦਲ, ਦਾਦੂਵਾਲ ਅਤੇ ਸਿਮਰਨਜੀਤ ਮਾਨ ਵੀ ਸ਼ਾਮਲ ਦੇਸ਼ ਦੀਆਂ ਵੱਖ-ਵੱਖ ਜ਼ਿਲਾਂ ਚ ਪਿਛਲੇ ਲੰਬੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸੰਬੰਧੀ ਸਾਂਝੇ ਪੰਥਕ ਯਤਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ ਇਸ ਕਮੇਟੀ ਚ ਵੱਖ-ਵੱਖ ਪੰਥ ਤੱਕ ਆਗੂ ਮੈਂਬਰ ਲਏ ਗਏ ਹਨ 11 ਮਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੰਥਕ ਇਕੱਠ ਕਰਦਿਆ ਗਿਆ ਇਸ ਦੌਰਾਨ ਸਰਬਸੰਮਤੀ ਦੇ ਨਾਲ ਸਾਂਝੀ ਕਮੇਟੀ ਸਥਾਪਿਤ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਸੌਂਪੇ ਗਏ ਹਨ ਜਿਸ ਦੇ ਤਹਿਤ ਉਹਨਾਂ ਨੇ ਇਸ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਿਸ ਦੇ ਵਿੱਚ ਨੌ ਮੈਂਬਰੀ ਕਮੇਟੀ ਬਣਾਈ ਗਈ ਹੈ ਸੀਮ ਭਗਵੰਤ ਮਾਨ ਦੇ ਜਨਤਾ ਦਰਬਾਰ ਤੋਂ ਸ਼ਿਕਾਇਤਾਂ ਦਾ ਆ ਹੜ ਗਰਮੀ ਤੋਂ ਅਕੇ ਲੋਕਾਂ ਨੇ ਕੀਤੀ ਨਾਰੇਬਾਜ਼ੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਪੰਜਾਬ ਪਵਨ ਚੁੱਕਰਵਾਏ ਗਏ ਜਨਤਾ ਦਰਬਾਰ ਤੋਂ ਹਿੱਸਾ ਲੈਣ ਆਏ ਸੋਮਵਾਰ ਨੂੰ ਸੂਬੇ ਭਰ ਤੋਂ ਸੈਂਕੜੇ ਲੋਕ ਆਪਣੀਆਂ ਸ਼ਿਕਾਇਤਾਂ ਦੇਣ ਨਿਪਟਾਰੇ ਲਈ ਪਹੁੰਚੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਇੰਨੇ ਲੋਕ ਸ਼ਿਕਾਇਤਾਂ ਲੈ ਕੇ ਆਣਗੇ ਇਸ ਲਈ ਪਰੰਬੰਧਾਂ ਦੀ ਘਾਟ ਸਾਫ਼ ਦਿਖਾਈ ਦਿੱਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸੂਬੇ ਪਰ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਿਛਲੇ 2 ਮਹੀਨਿਆਂ ਤੋਂ ਮੁੱਖ ਮੰਤਰੀ ਦਫ਼ਤਰ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਮੁੱਖ ਮੰਤਰੀ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਦਫ਼ਤਰਾਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਬਾਰੇ ਪੁੱਛਗਛ ਕੀਤੀ ਗਈ ਇਹਨਾਂ ਸ਼ਿਕਾਇਤਾਂ ਦੀ ਸਥਿਤੀ ਲਈ ਅਧਿਕਾਰੀਆਂ ਨੂੰ ਜਵਾਬ ਦੇ ਖਹਿਰ ਆਇਆ ਗਿਆ ਸਵੇਰ ਤੋਂ ਹੀ ਦੂਰ ਡਰਾਡੇ ਤੋਂ ਲੋਕ ਮੀਟਿੰਗ ਵਾਲੀ ਥਾਂ ਪੰਜਾਬ ਆਉਣ ਪਹੁੰਚੇ ਜਨਤਾ ਦਰਬਾਰ ਸ਼ੁਰੂ ਕਰਨ ਦੀਆਂ ਸ਼ਿਕਾਇਤਕਰਤਾਵਾਂ ਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਅਹਿਮ ਖਬਰ ਹੋਣ ਇਹ ਕੰਮ ਕਰਨ ਤੇ ਮਿਲੇਗਾ ਲੋਕਲ ਰੈਂਕ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਲੋਕਲ ਰੈਂਕ ਦੀ ਪਾਲਿਸੀ ਨੂੰ ਸਰਕਾਰ ਵੱਲੋਂ ਬਦਲਾ ਕੀਤਾ ਗਿਆ ਹੁਣ ਕਿਸੇ ਵੀ ਸਿਫਾਰਿਸ਼ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਲੋਕਲ ਰੈਂਕ ਨਹੀਂ ਦਿੱਤਾ ਜਾਵੇਗਾ ਹੁਣ ਇਸ ਪਾਲਿਸੀ ਨੂੰ ਬਦਲਾ ਕਰਨ ਦਾ ਫੈਸਲਾ ਕੀਤਾ ਗਿਆ ਪੰਜਾਬ ਚ ਅਤਵਾਦੀ ਗਤੀਵਿਧੀਆਂ ਵਾਧਨ ਤੇ ਡੀਜੀਪੀ ਦਫਤਰ ਨੇ ਨਵੀਂ ਪਾਲਿਸੀ ਦਾ ਪ੍ਰਸਤਾਵ ਬਣਾ ਕੇ ਮਨਜ਼ੂਰੀ ਦੇ ਲਈ ਮੁੱਖ ਮੰਤਰੀ ਦਫਤਰ ਨੂੰ ਭੇਜ ਦਿੱਤਾ ਹੈ। ਦੁਨੀਆ ਭਰ ਦੇ ਵਿੱਚ ਦੋ ਦਿਨਾਂ 'ਚ ਸੌਂਕਣ ਸੌਂਕਣੇ ਨੇ ਕਮਾਏ 10.2 ਕਰੋੜ ਰੁਪਏ। ਪੰਜਾਬੀ ਫਿਲਮ ਸੌਂਕਣ ਸੌਂਕਣੇ ਤੇਰਾ ਮੈਨੂ ਰਿਲੀਜ਼ ਹੋਈ ਸੀ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਹੈ ਜੀ। ਨਾ ਤਾਂ ਸਿਰਫ ਪੰਜਾਬ ਸਗੋਂ ਦੇਸ਼ ਵਿਦੇਸ਼ ਦੇ ਵਿੱਚ ਵੀ ਫਿਲਮ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਜਮਾ ਹੋ ਰਹੀ ਹੈ। ਸਿਨੇਮੇ ਘਰ ਵੀ ਹਾਊਸ ਫੁੱਲ ਚੱਲ ਰਹੇ ਹਨ। ਨਿਮਰਤ ਖੈਰਾ ਮੁੱਖ ਭੂਮਿਕਾ ਨਿਭਾ ਰਹੀ ਹੈ ਤੇ ਫਿਲਮ ਨੇ ਪਹਿਲੇ ਦਿਨ 4 4.20 ਕਰੋੜ ਰੁਪਏ ਦੀ ਕਮਾਈ ਕੀਤੀ ਤੇ ਦੂਜੇ ਦਿਨ ਫਿਲਮ ਨੇ ਮੋਟੀ ਕਮਾਈ ਕੀਤੀ ਹੈ ਪੰਜਾਬ ਦੇ ਅੱਕੇ ਨੌਜਵਾਨਾਂ ਨੇ ਕੀਤਾ ਟੋਲ ਪਲਾਜ਼ਾ ਤੇ ਕਬਜ਼ਾ ਮੁਫਤ ਹੀ ਲੰਗਾ ਰਹੇ ਨੇ ਗੱਡੀਆਂ ਸਾਰੇ ਟੋਲ ਬੰਦ ਕਰਨ ਦੀ ਚੇਤਾਵਨੀ 6 April 2021 ਨੂੰ ਫਿਟਨੈਸ ਟੈਸਟ ਹੋਣ ਤੋਂ ਬਾਅਦ ਫੌਜ ਦੀ ਭਰਤੀ ਲਿਖਤੀ ਪ੍ਰੀਖਿਆ ਦੇ ਲਈ 8 ਵਾਰ ਰੱਦ ਹੋ ਚੁੱਕੀ ਹੈ ਇਸ ਕਰਕੇ ਬਹੁਤ ਸਾਰੇ ਨੌਜਵਾਨਾਂ ਦੀ ਉਮਰ ਆਦ ਟੱਪ ਜਾਣ ਕਾਰਨ ਡਿਪਰੈਸ਼ਨ ਦੇ ਵਿੱਚ ਹਨ ਲਿਖਤੀ ਪ੍ਰੀਖਿਆ ਚ ਹੋ ਰਹੀ ਦੇਰੀ ਦੇ ਵਿਰੋਧ ਚ ਫਾਜ਼ਲਕਾ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੇ ਐਤਵਾਰ ਨੂੰ ਫਾਜ਼ਲਕਾ ਫਰੂਜ਼ਪੁਰ ਦੇ ਰੋਡ ਉੱਤੇ ਸਥਿਤ ਥੇ ਕਲੰਦਰ ਟੋਲ ਪਲਾਜ਼ਾ ਦੇ 47 ਡਿਗਰੀ ਟੈਂਪਰੇਚਰ ਵਿਚਾਲੇ ਕਬਜ਼ਾ ਕਰ ਲਿਆ ਟੋਲ ਪਲਾਜ਼ਾ ਕੰਪਨੀ ਦੇ ਸਟਾਫ ਨੂੰ ਵੀ ਟੋਲ ਬੂਥਾਂ ਤੋਂ ਹਟਾ ਦਿੱਤਾ ਗਿਆ ਜਿਸ ਕਰਕੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਹਜ਼ਾਰਾਂ ਵਾਹਨਾਂ ਨੂੰ ਮੁਫਤ ਦੇ ਵਿੱਚ ਲੰਘਾ ਦਿੱਤਾ ਗਿਆ ਹਾਲਾਤ ਵੇਖਦਿਆ ਡੀਐਸਪੀ ਦੀ ਅਗਵਾਈ ਚ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਬੇਰੋਜ਼ਗਾਰ ਪੁੱਲ ਨਾਗੂ ਨੋ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਹੋਗੀ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ ਵਟਾ ਚਟਕਾ ਜੀ ਹਵਾਈ ਸਫਰ ਹੋ ਸਕਦਾ ਮਹਿੰਗਾ ਪੰਜਾਬ ਵਿੱਚ 5 ਮਹੀਨਾ ਦੇ ਵਿੱਚ ATF ਦੀਆਂ ਕੀਮਤਾਂ 'ਚ 60% ਦਾ ਵਾਧਾ ਮਹਾਮਾਰੀ ਤੋਂ ਬਾਅਦ ਹੀ ਹਵਾਵਾਜਿ ਖੇਤਰ ਹੁਣ ਮੰਗਾਈ ਦੇ ਕਾਰਨ ਦਬਾਅ ਜਿਹੜਾ ਨਜ਼ਰ ਆ ਰਿਹਾ ਜੀ ਗਲੋਬਲ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਕਾਰਨ ਐਵੀਏਸ਼ਨ ਟਰਬਾਈਨ ਫਿਊਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੋਮਵਾਰ ਨੂੰ ਨਵੇਂ ਵਾਦੇ ਤੋਂ ਬਾਅਦ ਹੁਣ ਹਵਾਈ ਸਫ਼ਰ ਹੋਰ ਮਹਿੰਗਾ ਹੋ ਜਾਵੇਗਾ ਰਿਪੋਰਟ ਦੇ ਮੁਤਾਬਕ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸੋਮਵਾਰ ਨੂੰ ਜੈਟ ਫਿਊਲ ਦੀਆਂ ਕੀਮਤਾਂ ਨੂੰ 5 ਫੀਸਦੀ ਦਾ ਵਾਧਾ ਕੀਤਾ ਹੈ ਮੌਸਮ ਵਿਭਾਗ ਨੇ ਦਿੱਤੀ ਖੁਸ਼ਖਬਰੀ ਗਰਮੀ ਤੋਂ ਮਿਲੇਗੀ ਵੱਡੀ ਰਾਹਤ ਕਾਦੋਂ 10 ਤੱਕ ਦੇਵੇਗੀ ਮਾਨਸੂਨ ਰਾਸ਼ਟਰੀ ਰਾਜਸਥਾਨ ਦੇ ਦਿੱਲੀ ਦੇ ਸਮੇਤ ਕਈ ਥਾਵਾਂ ਤੇ ਪੈ ਰਹੀ ਕੜਾਕੇ ਦੀ ਗਰਮੀ ਦੇ ਵਿਚਕਾਰ ਲੋਕਾਂ ਨੂੰ ਜਿਸ ਦਾ ਬੇਸਬਰੀ ਦਾ ਨਾਲ ਇੰਤਜ਼ਾਰ ਸੀ ਆਖਰਕਾਰ ਮਾਨਸੂਨ ਨੇ दस्तक ਦੇ ਦਿੱਤੀ ਹੈ ਮੌਸਮ ਵਿਭਾਗ ਦੇ ਆਈਐਮਡੀ ਨੇ ਕਿਹਾ ਕਿ ਮਾਨਸੂਨ ਅੰਡੇਮਾਨ ਸਾਗਰ ਦੇ ਨਾਲ ਲੱਗਦੇ ਦੱਖਣ ਪੂਰਬੀ ਬੰਗਾਲ ਦੀ ਖਾੜੀ ਉੱਪਰ ਪਹੁੰਚ ਚੁੱਕੀ ਹੈ ਹੌਲੀ ਹੌਲੀ ਪੂਰੇ ਭਾਰਤ ਵਿੱਚ ਮਾਨਸੂਨ ਪਹੁੰਚ ਜਾਵੇਗੀ ਕੈਨੇਡਾ ਤੋਂ ਆਈ ਮੰਦਪਾਗੀ ਖਬਰ ਮੋਗਾ ਦੇ ਨਾਮਕਰਨ ਸਿੰਘ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਕਪੂਰਥਲਾ ਦੇ ਵਿੱਚ ਕਬੱਡੀ ਮੈਚ ਦੌਰਾਨ ਚੱਲੀਆਂ ਗੋਲੀਆਂ ਦੋ ਨੌਜਵਾਨ ਜ਼ਖਮੀ ਪੰਜਾਬ ਦੇ ਵਿੱਚ ਕਤਲ ਦੇ ਨਾਲ ਜੁੜੀਆਂ ਘਟਨਾਵਾਂ ਤੇ ਫਾਇਰਿੰਗ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵਾਧ ਰਹੀਆਂ ਨੇ ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਧਾਰਮਿਕ ਮੇਲੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਤਿਰਾਂ ਦੇ ਵਿੱਚ ਤਕਰਾਰ ਹੋ ਗਈ ਤੇ ਦੋ ਤਿਰਾਂ ਵੱਲੋਂ ਕੀਤੀ ਗਈ ਫਾਇਰਿੰਗ ਇਸ ਦੌਰਾਨ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਮੋਦੀ ਸਰਕਾਰ ਨੇ 31 ਮਈ ਤੱਕ ਵਿਧਾਇਕਣਕ ਖਰੀਦ ਪ੍ਰਕਿਰਿਆ ਬਰામਤ ਤੇ ਬੈਨ ਮਗਰੋਂ ਲਿਆ ਫੈਸਲਾ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਐਤਵਾਰ ਨੂੰ ਕਣਕ ਖਰੀਦ ਪ੍ਰਕਿਰਿਆ 31 ਮਈ ਤੱਕ ਵਧਾ ਦਿੱਤੀ ਹੈ ਸਰਕਾਰ ਨੇ ਵਧੀਆਂ ਕੀਮਤਾਂ ਤੇ ਖੁਰਾਕੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕਣਕ ਦੀ ਬਰામਨ ਤੇ ਬੈਨ ਲਾਣ ਮਗਰੋਂ ਲਾਣ ਕੀਤਾ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਆਰਥਿਕ ਵਿਕਾਸ ਦੇ ਲਈ ਹਰ ਵਕਤ ਵਚਨਬੱਧ ਹੈ ਸਰਕਾਰ ਇਸ ਤੋਂ ਪਹਿਲਾਂ ਮੰਗਾਈ ਦੇ ਦਬਾਅ 'ਚ ਕਣਕ ਬਰਾਮਦ ਦੇ ਪ੍ਰਭਾਵ ਨੂੰ ਤੁਰੰਤ ਪ੍ਰਭਾਵ ਨਾਲ ਬਿਆਨ ਕਰ ਦਿੱਤਾ ਸੀ ਹਾਲਾਂਕਿ ਬਰਾਮਦ ਦੀ ਟਿੱਪਣੀ ਤੇ ਨੋਟੀਫਿਕੇਸ਼ਨ ਤੋਂ ਪਹਿਲਾਂ ਜਿੰਨਾ ਐਕਸਪੋਰਟਸ ਨੇ ਕੰਟਰੈਕਟ ਲਿਆ ਸੀ ਉਹਨਾਂ ਨੂੰ ਕਣਕ ਵਿਦੇਸ਼ ਭੇਜਣ ਦੀ ਇਜਾਜ਼ਤ ਦਿੱਤੀ ਗਈ ਹੈ ਪੀਐਮ ਕਿਸਾਨ ਯੋਜਨਾ 31 ਮਈ ਤੱਕ ਜਾਰੀ ਕਰੇਗੀ 11ਵੀਂ ਕਿਸ਼ਤ ਚੈੱਕ ਕਰੋ ਡਿਟੇਲ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਵੱਡੀ ਤੇ ਚੰਗੀ ਖੁਸ਼ਖਬਰੀ ਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੇਂਦਰ ਨੇ ਯੋਜਨਾ ਤਹਿਤ 11ਵੀਂ ਕਿਸ਼ਤ ਜਾਰੀ ਕਰਨ ਦੇ ਲਈ ਸਾਰੇ ਜ਼ਰੂਰੀ ਤਿਆਰੀ ਕਰ ਲਈ ਹੈ ਜ ਜਿਹੇ ਵਿੱਚ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਬੈਂਕ ਖਾਤਿਆਂ 'ਚੋਂ 2000 ਰੁਪਏ ਆਉਣਗੇ ਸਰਕਾਰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 11ਵੀਂ ਕਿਸ਼ਤ 31 ਮਈ ਤੱਕ ਜਾਰੀ ਕਰ ਸਕਦੀ ਹੈ ਕਾਬਲੇ ਗੌਰ ਹੈ ਕਿ ਇਸ ਯੋਜਨਾ ਤਹਿਤ ਸਾਰੇ ਭੂਮੀਦਾਰੀ ਕਿਸਾਨਾਂ ਨੂੰ ਹਰ 4 ਮਹੀਨੇ ਵਿੱਚ 2000 ਰੁਪਏ ਦੀਆਂ ਤਿੰਨ ਕਿਸ਼ਤਾਂ ਤੇ 6000 ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਵੇਗਾ ਨਵਜੋਤ ਸਿੱਧੂ ਨੇ ਡਰੱਗ ਸਮੱਸਿਆ ਦੇ ਹੱਲ ਲਈ ਮਾਨ ਸਰਕਾਰ ਨੂੰ ਦਿੱਤੇ ਪੰਜ ਨੁਕਤੇ ਕਿਹਾ ਡਰੱਗ ਨੂੰ ਇਲਾਜਯੋਗ ਬਿਮਾਰੀ ਵਜੋਂ ਦੇਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਆਏ ਦਿਨ ਚਿੱਟੇ ਨਾਲ ਹੁੰਦੀਆਂ ਮੌਤਾਂ ਦੇ ਨਾਲ ਮਾਵਾ ਦੇ ਪੁੱਤ ਮਰਦੇ ਜਾ ਰਹੇ ਨੇ ਪਰੰਤੂ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਪੂਰੀ ਤਰ੍ਹਾਂ ناکਾਮ ਹੈ ਵਿਰੋਧੀ ਪਾਰਟੀਆਂ ਵੱਲੋਂ ਡਰੱਗ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਤੋਂ ਤਰ੍ਹਾਂ ਤਰ੍ਹਾਂ ਦੀਆਂ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਸੂਬੇ ਦੀ ਸਭ ਤੋਂ ਵੱਡੀ ਨਸ਼ੇ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਮਾਨ ਸਰਕਾਰ ਨੂੰ 5 ਨੁਕਤੇ ਸੁਝਾਅ ਦਿੱਤੇ ਨੇ ਦੱਸਿਆ ਗਿਆ ਕਿ ਇਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਰ ਰੋਜ਼ 5000 ਸ਼ਰਧਾਲੂਆਂ ਨੂੰ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਚਾਰਤਾਮਾ ਦੇ ਨਾਲ-ਨਾਲ ਸੂਬੇ ਦੇ ਪੰਜਵੇਂ ਤਾਮ ਸ੍ਰੀ ਹੇਮਕੁੰਡ ਸਾਹਿਬ ਵਿਖੇ ਰਿਕਾਡ ਤੋੜੇ ਸ਼ਰਦਾਲਵਾ ਦੀ ਆਮਦ ਦੀ ਸੰਭਾਵਨਾ ਇਸ ਲਈ ਪ੍ਰਬੰਧਾਂ ਨੂੰ ਮੁਕੰਮਲ ਕਰਨਾ ਤੇ ਸ਼ਰਦਾਲਵਾ ਦੀ ਭੀੜ ਨੂੰ ਕਾਬੂ ਹੇਠ ਰੱਖਣ ਦੇ ਲਈ ਫੈਸਲਾ ਲਿਆ ਗਿਆ ਜੀ ਪ੍ਰਬੰਧਕਾਂ ਤੇ ਪ੍ਰਸ਼ਾਸਨ ਨੂੰ ਸਰਦਾਲਵਾ ਦੇ ਪ੍ਰਬੰਧਾਂ ਵਿੱਚ ਬਿਹਤਰ ਮਦਦ ਮਿਲੇਗੀ ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 22 ਮਈ ਨੂੰ ਖੁੱਲਣ ਜਾ ਰਹੇ ਨੇ ਅਜਿਹੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਤੋਂ ਸਰਦਾਲਵਾ ਦੇ ਦਰਸ਼ਨਾਂ ਦੀ ਗਿਣਤੀ ਤੈਅ ਕਰ ਦਿੱਤੀ ਗਈ ਇੱਕ ਦਿਨ ਵਿੱਚ ਸਿਰਫ 5000 ਸ਼ਰਦਾਲੂ ਹੀ ਦਰਸ਼ਨ ਕਰ ਸਕਣਗੇ ਅਕਾਲੀ ਦਲ ਵੱਲੋਂ ਕਬਜ਼ਾ ਛਡਾਊ ਮਹਿੰਮ ਦੇ ਖਿਲਾਫ ਸੰਘਰਸ਼ ਦੀ ਚੇਤਾਵਨੀ ਅਕਾਲੀ ਆਗੂ ਪ੍ਰੇਮ ਚੰਦੂ ਮਾਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਤੋਂ ਕਬਜ਼ਾ ਛਡਵਾਉਣ ਦੀ ਛੇੜੀ ਮਹਿੰਮ ਲੋਕਾਂ ਦੇ ਲਈ ਉਜਾੜਾ ਸਕੀਮ ਬਣ ਗਈ ਹੈ ਇਸ ਲਈ ਬਹੁਤ ਸਾਰੇ ਲੋਕ ਕੀ 40 ਤੋਂ 50 ਸਾਲ ਪਹਿਲਾਂ ਉਜਾੜ ਪਈਆਂ ਜ਼ਮੀਨਾਂ ਨੂੰ ਬਾਦ ਕੀਤਾ ਸੀ ਪਰ ਅੱਜ ਸਰਕਾਰ ਲੋਕਾਂ ਨੂੰ ਉਜਾੜਨ ਤੇ ਲੱਗੀ ਹੋਈ ਉਹਨਾਂ ਨੇ ਕਿਹਾ ਜੇ ਸਬੰਧੀ ਪੰਚਾਇਤ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਭਗਵੰਤ ਮਾਨ ਨੂੰ ਮਿਲਿਆ ਜਾਵੇਗਾ ਜੇ ਸਰਕਾਰ ਫਿਰ ਬਣਾ ਮੰਨੀ ਤਾਂ ਕਾਲੀ ਦਲ ਇਸ ਦੇ ਖਿਲਾਫ ਸੰਘਰਸ਼ ਕਰੇਗਾ ਪਰ ਲੋਕਾਂ ਨੂੰ ਉਜੜਨ ਨਹੀਂ ਦੇਵੇਗਾ। ਉਹਨਾਂ ਨੇ ਕਿਹਾ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹੀ ਰਹੀ ਆ ਪਰ ਉਸ ਦੇ ਵਿੱਚ ਵੱਡੇ ਲੋਕਾਂ ਤੇ ਅਧਿਕਾਰੀਆਂ ਦੇ ਨਾਮ ਸੰਨ ਪਰ ਸਰਕਾਰ ਝੂਠੀ ਸ਼ੋਰਤ ਲਈ ਪੂਰੇ ਪੰਜਾਬ ਦੇ ਲੋਕਾਂ ਨੂੰ ਉਜਾੜਨ ਵਿੱਚ ਲੱਗੀ ਹੋਈ ਹੈ। ਜਨਤਾ ਦਰਬਾਰ ਨੋਜਵਾਨ ਨੂੰ ਮਿਲੀ ਸਰਕਾਰੀ ਨੌਕਰੀ ਕਦੇ ਸੀਐਮ ਦੇ ਕੋਲ ਬੁਲਾ ਕੇ ਨਿਯੁਕਤੀ ਪੱਤਰ ਨਹੀਂ ਦਿੱਤਾ ਸਵਾਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਜਨਤਾ ਦਰਬਾਰ ਲਾਇਆ ਮਾਨ ਤੇ ਇਸ ਜਨਤਾ ਦਰਬਾਰ ਵਿੱਚ ਲੋਕ ਆਂਦੀਆਂ ਸਮੱਸਿਆਵਾਂ ਸੁਣੀਆਂ ਤੇ ਕਈ ਸੰਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ ਨਾਲ ਹੀ ਨੌਜਵਾਨਾਂ ਨੂੰ ਨੌکریاں ਵੀ ਮਿਲੀਆਂ ਤੇ ਨਿਯੁਕਤੀ ਪੱਤਰ ਵੀ ਵੰਡੇ ਗਏ ਜਿਹੜੇ ਨੌਜਵਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੌਕਰੀ ਦਿੱਤੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਸ ਨੇ ਕਿਹਾ ਜੀ ਸਰਕਾਰ ਨੇ ਸਾਨੂੰ ਨੌਕਰੀ ਦਿੱਤੀ ਆ ਨਿਯੁਕਤੀ ਪੱਤਰ ਸਾਨੂੰ ਆਪਣੇ ਕੋਲ ਬੁਲਾ ਕੇ ਦਿੱਤੇ ਨੇ ਤੇ ਪਹਿਲੀ ਵਾਰ ਅਜਿਹਾ ਕੋਈ ਮੁੱਖ ਮੰਤਰੀ ਆਇਆ ਜਿਸ ਨੇ ਮਿਡਲ ਕਲਾਸ ਵਿਅਕਤੀ ਨੂੰ ਕੋਲ ਬੁਲਾ ਕੇ ਨੌਕਰੀ ਦਿੱਤੀ ਤੇ ਮੁਸ਼ਕਲਾਂ ਵੀ ਸੁਣੀਆਂ ਨੌਜਵਾਨ ਨੇ ਕਿਹਾ ਕਿ ਨੌਜਵਾਨ ਦਾ ਸਾਲ ਹੋ ਗਿਆ ਤੇ ਕਈਆਂ ਨੂੰ 2 ਸਾਲ ਹੋ ਗਏ ਪਰ ਕਿਤੇ ਸਾਡੀ ਸੁਣਵਾਈ ਨਹੀਂ ਹੋਈ ਅੱਜ ਨੌਕਰੀ ਮਿਲੀ ਅਸੀਂ ਬਹੁਤ ਖੁਸ਼ ਆ ਪੰਜਾਬ ਦੇ ਕਈ ਡੇਰਿਆਂ ਦੇ ਬਿਜਲੀ ਵਿਭਾਗ ਦਾ ਛਾਪਾ 88 ਲੱਖ ਤੋਂ ਵੱਧ ਕਰ ਦਿੱਤਾ ਗਿਆ ਜੁਰਮਾਨਾ ਸੋ ਹੁਣ ਬਾਬੇ ਹੋ ਜਾਣ ਸਾਵਧਾਨ ਖਬਰ ਜਲਾਲਾਬਾਦ ਤੋਂ ਆ 5 ਕਿਲੋ ਰੇਤਾ ਟੋਕਰੀ ਕਾਹੀ ਤੇ 100 ਰੁਪਏ ਦੀ ਨਕਦ ਰਾਸ਼ੀ ਨਾਲ ਇੱਕ ਗ੍ਰਿਫਤਾਰ ਸੋ ਜਲਾਲਾਬਾਦ ਪੁਲਿਸ ਥਾਣਾ ਸਦਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੁੱਖ ਖਬਰ ਦੀ ਸ਼ਿਕਾਇਤ ਤੇ ਕ੍ਰਿਸ਼ਨ ਸਿੰਘ ਪੁੱਤਰ ਹੰਸਾ ਸਿੰਘ ਮੋਰ ਸਿੰਘ ਵਾਲਾ ਜੋ ਕਿ ਆਪਣੇ ਖੇਤਾਂ ਵਿੱਚ ਰੇਤ ਦੀ ਖੱਡ ਚਲਾਉਂਦਾ ਉੱਥੇ ਰੇਡ ਕੀਤੀ ਗਈ ਹਾਲਾਂਕਿ ਮੌਕੇ ਤੇ ਪੁਲਿਸ ਨੂੰ ਨਾ ਤਾਂ ਕੋਈ ਟਰੈਕਟਰ ਤੇ ਨਾ ਹੀ ਕੋਈ ਟਿਪਪਰ ਬਰਾਮਦ ਹੋਇਆ ਉੱਥੋਂ ਇੱਕ ਕਾਹੀ ਰੇਤਾ ਚੁੱਕਣ ਵਾਲੀ ਟੋਕਰੀ 5 ਕਿਲੋ ਰੇਤਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਸ ਨੂੰ ਵੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੂੰ 100 ਰੁਪਈਆ ਵੀ ਬਰਾਮਦ ਹੋਇਆ ਹੈ ਤੇ ਦੋਚੀ ਦੇ ਖਿਲਾਫ ਮਾਈਨਿੰਗ ਐਕਟ ਤਹਿਤ ਥਾਣਾ ਸਦਰ ਜਲਾਲਾਬਾਦ ਦੇ ਵਿੱਚ ਪਰਚਾ ਵੀ ਦਰਜ ਕਰ ਲਿੱਤਾ ਗਿਆ ਤੇ ਸਰਕਾਰੀ ਵੈਬਸਾਈਟ ਤੇ ਰਿਪੋਰਟ ਅਪਲੋਡ ਵੀ ਕਰ ਦਿੱਤੀ ਗਈ ਹੈ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆਈ ਤਾਂ ਪੁਲਿਸ ਦੀ ਇਸ ਵੱਡੀ ਬਰਾਮਦਗੀ ਲਈ ਲੋਕ ਮੱਜਾ ਕਰ ਰਹੇ ਨੇ ਤੇ ਆਪਣੇ ਬਚਾਅ ਵਿੱਚ ਹੈ ਪੁਲਿਸ ਸਹਾਇਕਾਂ ਦਾ ਕਹਿਣਾ ਹੈ ਕਿ ਜਗਤ ਤੇ ਰੇਡ ਕੀਤੀ ਹੈ ਬੇਸ਼ੱਕ ਸਾਨੂੰ ਟਰੈਕਟਰ ਟਰਾਲੀ ਟ੍ਰਿਪਰ ਜੀਸੀਬੀ ਨਹੀਂ ਮਿਲੇ ਪਰ ਕਈ ਟੋਕਰੀ ਤੇ 100 ਰੁਪਇਆ 5 ਕਿਲੋ ਰੇਤਾ ਜਿਹੜਾ ਉਹਨਾਂ ਨੇ ਨਾਲ ਹੀ ਪੈਕ ਕਰਕੇ ਲਿਆਂਦਾ ਉਹ ਜਪਤ ਕੀਤਾ ਹੈ ਸੂਤ ਸਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਮਸ਼ਹੂਰ ਰੈਪਰ ਕੇਐਸਆਈ ਰਾਤੋ ਰਾਤ ਹੋਇਆ ਕੰਗਾਲ ਖਾਤੇ 'ਚ ਪਈ 21 ਕਰੋੜ ਰੁਪਏ ਦੀ ਇਹ ਰਾਸ਼ੀ ਬਦਲੀ 50000 ਚ ਕ੍ਰਿਪਟੋ ਕਰੰਸੀ ਨੇ ਜਿੱਥੇ ਦੁਨੀਆ ਦੇ ਕਈ ਲੋਕਾਂ ਨੂੰ ਰਾਤੋ-ਰਾਤ ਅਮੀਰ ਬਣਾ ਦਿੱਤਾ ਤੇ ਕਈ ਲੋਕਾਂ ਨੇ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਵੀ ਗਵਾਈ ਹੈ ਅਜਿਹਾ ਹੀ ਹੋਇਆ ਕੁਝ ਕੇਐਸਆਈ ਦੇ ਨਾਲ ਸੋਸ਼ਲ ਮੀਡੀਆ ਤੇ ਉਸ ਨੂੰ ਕੇਐਸਐਨਐਲ ਜਾਣਿਆ ਜਾਂਦਾ ਬ੍ਰਿਟਿਸ਼ ਯੂਟਿਊਬਰ ਅਤੇ ਰੈਪਰ ਕੇਐਸਆਈ ਦਾ ਕਹਿਣਾ ਕਿ ਮਾਰਕੀਟ ਕਰੈਸ਼ ਹੋਣ ਤੋਂ ਬਾਅਦ ਉਸ ਨੂੰ ਕ੍ਰਿਪਟੋ ਕਰੰਸੀ ਦੇ ਵਿੱਚ 3 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਸਨੇ ਕ੍ਰਿਪਟੋ ਕਰੰਸੀ ਲੂਨਾ ਦੇ ਵਿੱਚ ਨਿਵੇਸ਼ ਕੀਤਾ ਸੀ ਉਸ ਨੂੰ ਭਾਰੀ ਨੁਕਸਾਨ ਹੋਇਆ ਜੀ ਲੂਨਾ ਦਾ ਮੁੱਲ 24 ਘੰਟਿਆਂ ਵਿੱਚ 100% ਦੀ ਡਿੱਗ ਗਿਆ ਪੰਜਾਬ ਤੋਂ ਲੰਘਣ ਵਾਲੀਆਂ ਟ੍ਰੇਨਾਂ ਹੋਈਆਂ ਰੱਦ ਮੁਰੰਮਤ ਦੇ ਕਾਰਨਾਂ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਣ ਜਾ ਰਹੀ ਹੈ ਜੀ ਜਾਣਕਾਰੀ ਅਨੁਸਾਰ ਮੰਡੀ ਗੋਵਿੰਦਗੜ੍ਹ ਸਟੇਸ਼ਨ ਨੂੰ ਨਵੇਂ ਪਲੇਟਫਾਰਮ ਤੇ ਕੱਟ ਕੇ ਕਨੈਕਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਈ ਥਾਵਾਂ ਤੇ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਕੁੜੀ ਨੂੰ ਪਹਜਾਉਣ ਦੇ ਸ਼ੱਕ ਵਿੱਚ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਤਾਰਿਆ ਮੌਤ ਦੇ ਕਾਰਨ ਪੰਜ ਨਿਹੰਗਾਂ ਨੂੰ ਕਰ ਲਿਆ ਗਿਆ ਗ੍ਰਿਫਤਾਰ ਲੁਧਿਆਣਾ ਦੇ ਸਮਰਾਲਾ ਵਿੱਚ ਨਿਹੰਗਾਂ ਵੱਲੋਂ 23 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਸਦੇ ਪਿੰਡ ਦੀ ਲੜਕੀ ਨੂੰ ਪਹਜਾਉਣ ਦਾ ਸ਼ੱਕ ਸੀ ਇਸ ਕਾਰਨ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ ਜਦੋਂ ਨੌਜਵਾਨ ਥਾਣੇ ਤੋਂ ਘਰ ਪਰਤ ਰਿਹਾ ਸੀ ਤਾਂ ਨਿਹੰਗਾਂ ਨੇ ਉਸ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ ਤੇ ਸਾਰੀ ਰਾਤ ਉਸ ਨੂੰ ਬੇਰਹਿਮੀ ਨਾਲ ਕੁੱਟਦੇ ਰਹੇ ਜਿਸ ਕਰਕੇ ਉਸ ਦੀ ਸਵੇਰੇ ਮੌਤ ਹੋ ਗਈ ਕੌਮੀ ਮਾਰਗ ਤੇ ਜਾਮ ਲਾ ਕੇ ਉਹਨਾਂ ਨੇ ਥਾਣੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਕੜਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਲੜਕੀ ਛੇਦਨਾਂ ਤੋਂ ਲਾਪਤਾ ਸੀ ਪੁਲਿਸ ਨੇ ਵੀ ਕੀਤੀ ਸੀ ਪੁੱਛਗਿੱਛ ਨਿਹੰਗਾਂ ਨੂੰ ਫੜਨ ਲਈ ਛਾਪੇ ਮਾਰੀ ਜਾ ਰਹੀ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਮਨੀ ਚੋਣਾਂ ਦੀ ਆਹਟ ਆਪ ਦੇ ਸੰਭਾਵੀ ਉਮੀਦਵਾਰ ਦੇ ਟਿਕੀਆਂ ਨਜ਼ਰਾਂ ਸੂਬੇ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਅਸਤੀਫਾ ਦੇ ਦਿੱਤਾ ਹੈ ਖਾਲੀ ਹੋਈ ਲੋਕ ਸਭਾ ਸੀਟ ਦੇ ਉੱਪਰ ਚੋਣਾਂ ਦੀ ਆਹਟ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਸਿਆਸਤ ਵਿੱਚ ਗਰਮਾਹਟ ਲਿਆ ਦਿੱਤੀ ਹੈ ਜਿਸ ਕਾਰਨ ਵਕ-ਵਕ ਸਿਆਸੀ ਪਾਰਟੀਆਂ ਭਾਜਪਾ ਕਾਂਗਰਸ ਅਕਾਲੀ ਦਲ ਤੇ ਹੋਰਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਹਲਕੇ ਦੇ ਅੰਦਰ ਸਿਆਸੀ ਜ਼ਮੀਨ ਤਲਾਸ਼ਨੀ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਨੇ ਤਰਸ ਦੇ ਆਧਾਰ ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ 24 ਸਾਲਾ ਨੌਜਵਾਨ ਦੀ ਓਵਰਡੋਜ਼ ਦੇ ਕਾਰਨ ਹੱਥ 'ਚ ਲੱਗੀ ਰਹਿ ਗਈ ਸੁਰਿੰਝ ਤੋਂ ਖਬਰ ਮੋਗ ਗਿਆ ਤੋਂ ਅੱਜ ਉੱਤੇ ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਟਲੀ ਤੋਂ ਆਏ ਕਰਨਵੀਰ ਸਿੰਘ ਦਾ ਗੁਰਦਾਸਪੁਰ ਦੇ ਵਿੱਚ ਕਤਲ ਕਰਕੇ ਕੋਈ ਅਣਪਛਾਤਾ ਲਾਸ਼ ਨੂੰ ਸੜਕ ਦੇ ਕੰਨਾਰੇ ਸੁੱਟ ਗਿਆ ਹੈ ਕੁਝ ਦੂਰੀ ਤੇ ਐਨਆਰਆਈ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਭਾਰਤੀ ਸਿੰਘ ਦੇ ਘਰ ਦੇ ਸਾਹਮਣੇ ਕਾਲੀ ਦਲ ਦੇ ਆਗੂ ਪੜ ਕੇ ਸੋਏ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਐਸਡੀਪੀਸੀ ਵੱਲੋਂ ਬਣਾਈ 9 ਮੈਂਬਰੀ ਕਮੇਟੀ ਤੇ ਰਵਨੀਤ ਬਿੱਟੂ ਦੀ ਪ੍ਰਤੀਕਿਰਿਆ ਰਵਨੀਤ ਬਿੱਟੂ ਨੇ ਫੇਸਬੁਕ ਤੇ ਲਿਖਿਆ ਰਾਜੂਆਣਾ ਤੇ ਹਵਾਰਾ ਵਰਗਿਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਸ਼ਰੂਨੀ ਕਮੇਟੀ ਪ੍ਰਧਾਨ ਵੱਲੋਂ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਸੀਂ ਉਹਨਾਂ ਲੋਕਾਂ ਦੇ ਇੱਕ ਸਮੂਹ ਬਣਾਵਾਂਗੇ ਜਿਨ੍ਹਾਂ ਨੇ ਸਾਡੇ ਵਾਂਗ ਅਤਵਾਦੀ ਹਮਲਿਆਂ ਵਿੱਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਨੇ ਜਿੱਥੇ ਇਹ ਕਮੇਟੀ ਅਨਤਵਾਦੀਆਂ ਦੀ ਰਿਹਾਈ ਲਈ ਮੰਗ ਕਰੇਗੀ ਸਾਡਾ ਪੀੜਤ ਪਰਿਵਾਰਾਂ ਦਾ ਸਮੂਹ ਉੱਥੇ ਇਹਨਾਂ ਨੂੰ ਜਾਗਰੂਕ ਪੈਦਾ ਕਰੇਗਾ ਜੇਕਰ ਇਹ ਨਾਤਵਾਦੀਆਂ ਨੂੰ ਰਹਾ ਕੀਤਾ ਗਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੂਣਾ ਪਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਸਿੰਘ ਤੇ ਕਰਵਾਇਆ ਗਿਆ ਪਰਚਾ ਦਰਜ ਸੋ ਇਹ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਸਰਕਾਰ ਨੇ 2 ਮਹੀਨਿਆਂ ਦੇ ਵਿੱਚ ਹੀ ਪੰਜਾਬ ਨੂੰ ਕਰ ਦਿੱਤਾ ਤਬਾਹ ਸੋ ਸੁਖਵੀਰ ਬਾਦਲ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਜੀ ਸੂਬੇ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਟਟੇ ਦੀ ਹੋ ਗਈ। ਅੱਤਵਾਦੀ ਹਮਲੇ ਹੋ ਰਹੇ ਨੇ, ਨਸ਼ੇ ਦੀ ਓਵਰਡੋਸ ਕਾਰਨ ਅਣਗਿਣਤ ਮੌਤਾਂ ਹੋ ਰਹੀਆਂ ਨੇ। ਇਸ ਹਲਕੇ ਦੇ ਪਿੰਡ ਕਟਿਆਵਾਂ ਵਾਲੀ ਵਿੱਚ ਇੱਕ ਬੱਸ ਐਕਸੀਡੈਂਟ 'ਚ ਤਿੰਨ ਨੌਜਵਾਨਾਂ ਦੀ ਮੌਤ ਤੇ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਪਾਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਪੀੜਤ ਪਰਿਵਾਰਾਂ ਨੂੰ ਘੱਟੋ-ਘੱਟ 5 ਲੱਖ ਰੁਪਏ ਮੁਆਵਜ਼ਾ ਦੇਵੇ ਤੇ ਇਸ ਮੌਕੇ ਉਹਨਾਂ ਨੂੰ ਜਨਤਕ ਇਕੱਠ ਨੂੰ ਵੀ ਸੰਬੋਧਨ ਕੀਤਾ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਏਅਲੀ ਖੁਰਦ ਲੁਧਿਆਣਾ ਦੇ 10ਵੀਂ ਸ਼੍ਰੇਣੀ ਟਰਮ ਦੀ 2 ਗਣਿਤ ਵਿਸ਼ੇ ਦੀ ਪ੍ਰੀਖਿਆ ਮੂਲਤਾ ਵੀ ਹੋ ਗਈ ਹੈ ਜੀ ਦੋਸਤੋ ਇਸ ਨੂੰ ਸੂਬੇ ਪੰਜਾਬ ਦੀ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ